ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਮੌਸਮ ਦੀ ਅੱਜ ਗੱਲ ਕਰਾਂਗੇ 20 ਜੁਲਾਈ ਦੀ, ਅਤੇ ਨਾਲੇ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਇਸ ਸਾਲ ਬਰਸਾਤ ਜਿਵੇਂ ਕਿ ਦੇਖਿਆ ਕਿ ਨੋਰਮਲ ਨਾਲੋਂ ਘੱਟ ਦੇਖਣ ਨੂੰ ਮਿਲ ਰਹੀ ਹੈ। ਹਾਲੇ ਤੱਕ ਜਿਹੜੀ ਮੌਨਸੂਨ ਨੇ ਕਾਰਵਾਈਆਂ ਨੇ ਲਗਭਗ ਮੌਨਸੂਨ ਦੇ ਗੱਲ ਕਰਾਂਗੇ 20 ਦਿਨ ਜਿਹੜੇ ਨਿਕਲ ਚੁੱਕੇ ਨੇ, ਕਿਉਂਕਿ 1 ਜੁਲਾਈ ਤੋਂ ਮੌਨਸੂਨ ਜਿਹੜੀ ਪੰਜਾਬ ਵਿੱਚ ਐਂਟਰ ਹੁੰਦੀ ਹੈ ਲਗਭਗ। ਤਾਂ ਉਸ ਤਰ੍ਹਾਂ ਪਹਿਲੇ 20 ਦਿਨਾਂ ਦੇ ਵਿੱਚ ਮੌਨਸੂਨ ਦਾ ਜਿਹੜਾ ਪ੍ਰਦਰਸ਼ਨ ਆ ਕੋਈ ਖਾਸ ਚੰਗਾ ਨਹੀਂ ਰਿਹਾ। ਕੁਝ ਹਿੱਸਿਆਂ ਵਿੱਚ 1-2 ਹਲਕੇ ਦਰਮਿਆਨੇ ਮੀਂਹ ਦੇ ਸਪੈਲ ਲੱਗੇ ਨੇ ਕੁਝ ਇਲਾਕਿਆਂ ਵਿੱਚ, ਹਾਲਾਂਕਿ ਪਹਿਲੇ ਹਫ਼ਤੇ ਦੌਰਾਨ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ ਹੈ, ਅਤੇ ਕੁਝ ਇਲਾਕੇ ਅਜਿਹੇ ਨੇ ਹਾਲੇ ਜਿਹੜੇ ਬਿਲਕੁਲ ਖੁਸ਼ਕ ਹੀ ਪਏ ਨੇ। ਸੋ ਪਹਿਲਾਂ ਗੱਲ ਕਰਦੇ ਹਾਂ ਆਪਾਂ ਮੌਨਸੂਨ ਦੇ ਬਾਰੇ ਹੀ ਗੱਲ ਕਰ ਲੈਂਦੇ ਹਾਂ ਕਿ ਬਰਸਾਤ ਇਸ ਵੇਲੇ ਘੱਟ ਕਿਉਂ ਹੋ ਰਹੀ ਹੈ। ਸੋ ਮੇਨ ਜਿਹੜਾ ਤੱਤ ਜ਼ਰੂਰੀ ਹੁੰਦਾ ਹੈ ਬਰਸਾਤ ਦੇ ਲਈ ਉਹ ਹੁੰਦੀ ਹੈ ਜ਼ਿਆਦਾਤਰ ਹਿੱਸੇ ਇਸ ਮੌਸਮ ਦੇ ਵਿੱਚ ਨਮੀ ਹੁੰਦੀ ਹੈ, ਕਿਉਂਕਿ ਜਿੱਥੇ ਨਮੀ ਜ਼ਿਆਦਾ ਹੋਊਗੀ ਉੱਥੇ ਹੀ ਬੱਦਲ ਗਰਜ ਚਮਕ ਵਾਲੇ ਜਾਂ ਬਰਸਾਤ ਵਾਲੇ ਬਣਨਗੇ, ਅਤੇ ਉਹਨਾਂ ਹਿੱਸਿਆਂ ਵਿੱਚ ਹੀ ਮੀਂਹ ਪੈਂਦਾ ਹੈ। ਸੋ ਨਮੀ ਇਹਨਾਂ ਦਿਨਾਂ ਵਿੱਚ ਆਉਂਦੀ ਕਿੱਥੋਂ ਹੈ, ਜ਼ਿਆਦਾਤਰ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ। ਇੱਧਰ ਹੋ ਗਿਆ ਅਰਬ ਸਾਗਰ ਅਤੇ ਇਹ ਹੋ ਗਈ ਬੰਗਾਲ ਦੀ ਖਾੜੀ। ਸੋ ਇਹਨਾਂ ਇਲਾਕਿਆਂ ਤੋਂ ਨਮੀ ਆ ਜਿਹੜੀ ਅੱਗੇ ਵੱਧਦੀ ਹੈ, ਅਤੇ ਦੱਖਣ ਦੇ ਵਿੱਚ ਹਿੰਦੂ ਮਹਾਂਸਾਗਰ ਹੈ, ਉਸ ਤੋਂ ਹੀ ਮੌਨਸੂਨ ਦੱਖਣੀ ਭਾਰਤ ਤੋਂ ਸ਼ੁਰੂ ਹੁੰਦੀ ਹੈ। ਸੋ ਇਹ ਸਾਰੇ ਇਲਾਕੇ ਸਮੁੰਦਰੀ ਏਰੀਏ ਤੋਂ ਨਮੀ ਆਉਂਦੀ ਹੈ, ਅਤੇ ਇਸ ਵੇਲੇ ਜਿਹੜਾ ਹਵਾਵਾਂ ਦਾ ਪੈਟਰਨ ਹੈ ਲਗਭਗ ਅਰਬ ਸਾਗਰ ਤੋਂ ਗੱਲ ਕਰੀਏ ਤਾਂ ਅਰਬ ਸਾਗਰ ਤੋਂ ਹਵਾਵਾਂ ਲਗਭਗ ਇਸ ਤਰ੍ਹਾਂ ਕੁਝ ਆਪਣੇ ਸੈਂਟਰ ਭਾਰਤ ਦੇ ਵਿੱਚ ਪਹੁੰਚ ਰਹੀਆਂ ਨੇ, ਕੁਝ ਦੱਖਣੀ ਭਾਰਤ ਦੇ ਵਿੱਚ, ਅਤੇ ਬੰਗਾਲ ਦੀ ਖਾੜੀ ਤੋਂ ਹਵਾਵਾਂ ਇਸ ਤਰ੍ਹਾਂ ਘੁੰਮ ਕੇ ਲਗਭਗ ਉੜੀਸਾ ਹੋ ਗਿਆ, ਪੱਛਮੀ ਬੰਗਾਲ ਹੋ ਗਿਆ, ਬਿਹਾਰ ਦੇ ਹਿੱਸੇ ਹੋ ਗਏ, ਆਪਣਾ ਪੂਰਬੀ ਯੂਪੀ ਦੇ ਹਿੱਸੇ ਹੋ ਗਏ। ਸੋ ਇਹਨਾਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹਵਾਵਾਂ ਪਹੁੰਚ ਰਹੀਆਂ ਨੇ। ਸੋ ਜਿਹੜਾ ਇਲਾਕਾ ਇਸ ਵੇਲੇ ਮੌਨਸੂਨ ਤੋਂ ਰਹਿਤ ਹੈ, ਮੌਨਸੂਨ ਜਿੱਥੇ ਕਾਰਵਾਈਆਂ ਘੱਟ ਦੇ ਰਹੀ ਹੈ, ਉਹ ਇਲਾਕਾ ਹੈਗਾ ਉੱਤਰ ਪੱਛਮੀ ਮੈਦਾਨੀ ਹਿੱਸਾ। ਸੋ ਇਹਦੇ ਵਿੱਚ ਪੰਜਾਬ, ਪੱਛਮੀ ਯੂਪੀ, ਹਰਿਆਣਾ ਅਤੇ ਨਾਲ ਜਿਹੜਾ ਉੱਤਰ ਪੱਛਮੀ ਰਾਜਸਥਾਨ ਦੇ ਹਿੱਸੇ ਹੋ ਗਏ। ਸੋ ਇਹਨਾਂ ਹਿੱਸਿਆਂ ਦੇ ਵਿੱਚ ਮੌਸਮੀ ਹਲਚਲਾਂ ਘੱਟ ਨੇ, ਮੌਨਸੂਨੀ ਬਰਸਾਤਾਂ ਘੱਟ ਨੇ, ਲਗਭਗ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਹਵਾਵਾਂ ਨਾ ਤਾਂ ਅਰਬ ਸਾਗਰ ਤੋਂ ਇਸ ਤਰ੍ਹਾਂ ਪਹੁੰਚ ਰਹੀਆਂ ਨੇ, ਨਾ ਹੀ ਬੰਗਾਲ ਦੀ ਖਾੜੀ ਤੋਂ ਪਹੁੰਚ ਰਹੀਆਂ ਨੇ। ਸੋ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿਆਦਾ ਵੱਡੀ ਤਕੜੀ ਮੌਸਮੀ ਹਲਚਲ ਨਹੀਂ ਹੈ, ਥੋੜ੍ਹਾ ਬਹੁਤ ਜਿਹੜੇ ਆ ਪੂਰਬੀ ਹਵਾਵਾਂ ਨਾਲ ਹਲਕੀ ਫੁਲਕੀ ਨਵੀਂ ਕੁਝ ਖੇਤਰਾਂ ਵਿੱਚ ਬਣਦੀ ਹੈ, ਤਾਂ ਉਸ ਇਲਾਕੇ ਦੇ ਵਿੱਚ ਗਰਜ ਚਮਕ ਨਾਲ ਕੁਝ 15-20 ਮਿੰਟ ਅੱਧੇ ਘੰਟੇ ਦਾ ਸਪੈਲ ਲੱਗ ਜਾਂਦਾ ਹੈ, ਮੌਸਮ ਫਿਰ ਸਾਫ਼ ਹੋ ਜਾਂਦਾ ਹੈ। ਅਜਿਹੇ ਸਪੈਲਾਂ ਦਾ ਜਿਹੜਾ ਦਾਇਰਾ ਹੈ ਉਹ ਕਾਫ਼ੀ ਸੀਮਤ ਰਹਿੰਦਾ ਹੈ, 2 ਜ਼ਿਲ੍ਹੇ ਹੋ ਜਾਣਗੇ, 3 ਜ਼ਿਲ੍ਹੇ ਹੋ ਜਾਣਗੇ, ਤਾਂ ਉਹਨਾਂ ਦੇ ਵੀ ਟੁੱਟਵੇਂ ਰੂਪ ਵਿੱਚ ਕੁਝ 5-7-10 ਪਿੰਡਾਂ ਦੇ ਇਲਾਕੇ ਵਿੱਚ ਮੀਂਹ ਪੈਂਦਾ ਹੈ, ਬਾਕੀ ਹਿੱਸੇ ਖੁਸ਼ਕ ਰਹਿ ਜਾਂਦੇ ਨੇ। ਸੋ ਇਸ ਤਰ੍ਹਾਂ ਦੀਆਂ ਮੌਸਮੀ ਹਲਚਲਾਂ ਹੋ ਰਹੀਆਂ ਨੇ। ਫਿਲਹਾਲ ਅਗਲੇ 1-2 ਦਿਨ ਹਾਲੇ ਮੌਨਸੂਨ ਦੇ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੈ, ਲਗਭਗ ਇਹ ਉਮੀਦ ਬਣ ਰਹੀ ਹੈ ਕਿ 22 ਜੁਲਾਈ ਤੋਂ ਜੇ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਹਵਾਵਾਂ ਨੇ ਉਹ ਲਗਭਗ ਇਸ ਤਰ੍ਹਾਂ ਹੁਣ ਘੁੰਮ ਰਹੀਆਂ ਨੇ, ਅਤੇ ਉਹਨਾਂ ਦੇ ਜਿਹੜਾ ਦਿਸ਼ਾ ਅਤੇ ਉਹਨਾਂ ਦੀ ਪੈਟਰਨ ਆ, ਰੂਟ ਆ, ਉਹ ਆਉਂਦੇ ਦਿਨਾਂ ਦੇ ਵਿੱਚ ਬਦਲ ਕੇ ਇਸ ਤਰ੍ਹਾਂ ਹੋਵੇਗਾ। ਬਣੇ ਬਿਹਾਰ ਬੰਗਾਲ ਤੋਂ ਹੁੰਦਾ ਹੋਇਆ ਰਾਜ ਯੂਪੀ, ਅਤੇ ਉਸ ਤੋਂ ਬਾਅਦ ਹਰਿਆਣੇ ਤੋਂ ਹੁੰਦਾ ਹੋਇਆ ਇਸ ਤਰ੍ਹਾਂ ਪੰਜਾਬ ਤੱਕ ਪੂਰਬੀ ਹਵਾਵਾਂ ਪਹੁੰਚਣ ਲੱਗਣਗੀਆਂ, ਅਤੇ ਉਸ ਤੋਂ ਬਾਅਦ ਪੰਜਾਬ ਅਤੇ ਆਸ ਪਾਸ ਦੇ ਹਿੱਸਿਆਂ ਦੇ ਵਿੱਚ ਨਮੀ ਦੀ ਮਾਤਰਾ ਵਧਣ ਲੱਗੇਗੀ, ਮੋਇਸਚਰ ਜਿਹੜਾ ਕਾਫ਼ੀ ਜ਼ਿਆਦਾ ਵੱਧ ਜਾਵੇਗਾ, ਅਤੇ ਇਹਦੇ ਨਾਲ ਥੋੜ੍ਹਾ ਬਹੁਤ ਦਿਨ ਦੇ ਵੇਲੇ ਹਾਲਾਂਕਿ ਹੁੰਮਸ ਆ ਜਿਹੜੀ ਹੋਰ ਜ਼ਿਆਦਾ ਪਰੇਸ਼ਾਨ ਕਰ ਸਕਦੀ ਹੈ, ਪਰ ਇਹਦੇ ਨਾਲ ਜਿਹੜਾ ਇੱਕ ਲਾਭ ਇਹ ਰਹੇਗਾ ਕਿ ਨਮੀ ਵਧਣ ਕਰਕੇ ਬਰਸਾਤੀ ਕਾਰਵਾਈਆਂ ਵਾਲੇ ਬੱਦਲ ਜ਼ਿਆਦਾ ਆਪਾਂ ਨੂੰ ਬਣਨੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਹਰਿਆਣੇ ਦੇ ਵਿੱਚ। ਸੋ ਇਹਦੇ ਚੱਲਦੇ ਹੀ ਸੰਭਾਵਨਾ ਬਣ ਰਹੀ ਹੈ ਕਿ ਆਪਾਂ ਨੂੰ 22-23 ਜੁਲਾਈ ਤੋਂ ਲੈ ਕੇ 25-25 ਜੁਲਾਈ ਦੇ ਦਰਮਿਆਨ ਲਗਭਗ ਇਹ ਜਿਹੜੇ 3 ਕੁ ਦਿਨ ਹੋਣਗੇ, 3-4 ਦਿਨ, ਤਾਂ ਇਹਨਾਂ ਦਿਨਾਂ ਦੇ ਵਿੱਚ ਮੌਸਮੀ ਕਾਰਵਾਈਆਂ ਹੋਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ। ਇਹ ਸਾਰਾ ਕੁਝ ਹਵਾਵਾਂ 'ਤੇ ਡਿਪੈਂਡ ਹੁੰਦਾ ਹੈ ਕਿ ਹਵਾਵਾਂ ਕਿੱਧਰ ਜਾ ਰਹੀਆਂ ਨੇ, ਕਿਹੜੇ ਪਾਸਿਓਂ ਨਮੀ ਕਿੱਥੇ ਤੱਕ ਪਹੁੰਚ ਰਹੀ ਹੈ, ਕਿੱਥੇ ਨਮੀ ਜ਼ਿਆਦਾ ਹੈ, ਕਿੱਥੇ ਨਮੀ ਘੱਟ ਹੈ, ਉਸ ਇਲਾਕੇ ਦੇ ਹਿਸਾਬ ਨਾਲ ਜਿਹੜੀ ਆ ਬਰਸਾਤ ਹੁੰਦੀ ਹੈ। ਸੋ ਬਾਕੀ ਮੌਨਸੂਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਮੌਨਸੂਨ ਆ ਗਈ, ਲਗਾਤਾਰ ਮੀਂਹ ਪਈ ਗਏ। ਮੌਨਸੂਨ ਇੱਕ ਤਰ੍ਹਾਂ ਦੇ ਖਾਸ ਬੱਦਲਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿ ਹਿੰਦ ਮਹਾਂਸਾਗਰ ਹੋ ਗਿਆ, ਜਿਹੜਾ ਇਹ ਸਮੁੰਦਰੀ ਏਰੀਆ ਇਸ ਇਲਾਕੇ ਤੋਂ ਨਮੀ ਇਕੱਠੀ ਕਰਕੇ ਇਸ ਤਰ੍ਹਾਂ ਅੱਗੇ ਨੂੰ ਵੱਧਦੇ ਨੇ।
ਸੋ ਉਸ ਨੂੰ ਮੌਨਸੂਨ ਕਿਹਾ ਜਾਂਦਾ ਹੈ। ਸੋ ਮੌਨਸੂਨ ਦਾ ਇਹ ਮਤਲਬ ਨਹੀਂ ਹੈ ਕਿ ਹਫ਼ਤੇ ਦੇ ਵਿੱਚ ਦੋ ਤਿੰਨ ਮੀਂਹ ਪੈ ਗਏ, ਲਗਾਤਾਰ ਮੀਂਹ ਪਈ ਗਏ। ਸੋ ਇਸ ਨੂੰ ਮੌਨਸੂਨ ਆਪਾਂ ਇਹ ਨਹੀਂ ਸਮਝਣਾ ਹੈਗਾ ਕਿ ਲਗਾਤਾਰ ਮੌਨਸੂਨ ਆ ਗਈ ਤਾਂ ਬਰਸਾਤਾਂ ਹੁੰਦੀਆਂ ਹੀ ਰਹਿਣਗੀਆਂ। ਹਾਲਾਂਕਿ ਗਰਮੀ ਦਾ ਮੌਸਮ ਹੈ, ਬਰਸਾਤ ਦੀ ਲੋੜ ਸਭ ਨੂੰ ਹੈ, ਮਨੁੱਖਾਂ ਨੂੰ ਵੀ ਹੈ, ਫਸਲਾਂ ਨੂੰ ਵੀ ਹੈ। ਸੋ ਇਸੇ ਕਰਕੇ ਸਾਰਾ ਕੁਝ ਜਿਹੜਾ ਮੌਸਮ ਆ, ਕੁਦਰਤ ਆ, ਵਾਤਾਵਰਨ ਆ, ਉਹਦੇ 'ਤੇ ਨਿਰਭਰ ਹੈ ਕਿ ਮੌਸਮੀ ਹਾਲਾਤ ਬਣਦੇ ਨੇ, ਉਹਨਾਂ ਦੇ ਅਕੋਰਡਿੰਗ ਹੀ ਜਿਹੜੀ ਬਰਸਾਤ ਉਹ ਹੁੰਦੀ ਹੈ। ਸੋ ਆਉਂਦੇ ਦਿਨਾਂ ਵਿੱਚ ਥੋੜ੍ਹਾ ਬਹੁਤ ਸੁਧਾਰ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਮੌਨਸੂਨ ਦੇ ਵਿੱਚ। ਮੌਨਸੂਨ ਐਕਟਿਵ ਹੋ ਸਕਦੀ ਹੈ ਉੱਤਰ ਪੱਛਮੀ ਜਿਹੜੇ ਮੈਦਾਨੀ ਹਿੱਸੇ ਨੇ, ਪੰਜਾਬ ਹਰਿਆਣਾ ਹੋ ਗਿਆ। ਸੋ ਸੰਭਾਵਨਾ ਇਹੀ ਹੈ, ਆਸਾਰ ਵੀ ਇਹੀ ਨੇ ਕਿ ਆਉਂਦੇ 2-4 ਦਿਨਾਂ ਦੇ ਵਿੱਚ ਪੰਜਾਬ ਵਿੱਚ ਆਪਾਂ ਨੂੰ 1-2 ਚੰਗੇ ਮੀਂਹ ਦੇ ਸਪੈਲ ਦੇਖਣ ਨੂੰ ਮਿਲ ਸਕਦੇ ਨੇ। ਪਰ ਉਹਨਾਂ ਦਾ ਦਾਇਰਾ ਕਿੰਨਾ ਹੋਵੇਗਾ, ਕਿੰਨੇ ਇਲਾਕਿਆਂ ਨੂੰ ਕਵਰ ਕਰੇਗਾ, ਸਾਰਾ ਪੰਜਾਬ 100% ਕਵਰ ਹੋਵੇਗਾ ਜਾਂ ਨਹੀਂ, ਉਸ ਦੀ ਅਪਡੇਟ ਆਪਾਂ ਅਗਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੰਨੀ ਕੁ ਨਮੀ ਆਉਂਦੀ ਹੈ, ਕਿੰਨੇ ਕੁ ਇਲਾਕੇ ਇਹਦੇ ਵਿੱਚ ਕਵਰ ਹੋ ਸਕਦੇ ਨੇ। ਸੋ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਆ ਦੁਪਹਿਰ, ਸ਼ਾਮ ਜਾਂ ਕੱਲ੍ਹ ਨੂੰ, ਉਹ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ ਅਤੇ ਇਜਾਜ਼ਤ ਦਿਓ। ਧੰਨਵਾਦ ਜੀ।